ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਇਹ ਬਹੁਤ ਮਨੋਹਰ ਦ੍ਰਿਸ਼ ਹੈ। ਹਰ ਇੱਕ ਗੁਰਸਿੱਖ ਦਾ ਮਨ ਲੋਚਦਾ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਅਤੇ ਇਸ਼ਨਾਨ ਨੂੰ। ਇਹ ਦਰਸ਼ਨ ਉਹ ਨਹੀਂ, ਇਹ ਅੰਦਰਲੇ ਦਰਸ਼ਨ ਹਨ। ਜਿਹਨੇ ਅੰਦਰ ਹੀ ਦਰਸ਼ਨ ਕਰ ਲਏ ਅਤੇ ਸਤਿਗੁਰੂ ਜੀ ਦੇ ਗੁਰਬਾਣੀ ਦਾ ਫਰਮਾਨ ਹੈ, ਹਰ ਮੰਦਰ ਜਿਨ ਸਾਜਿਆ ਹਰ ਵਸੇ ਜਿਸ ਨਾਲ। ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਬੜੀ ਭਾਗਾਂ ਵਾਲੀ ਹੈ। ਇੱਥੇ ਜੋ ਵੀ ਗੁਰੂ ਕਾ ਸਿੱਖ ਇੱਕ ਵਾਰੀ ਦਰਸ਼ਨ ਕਰ ਲੈਂਦਾ ਹੈ ਉਹ ਗੁਰੂ ਰਾਮਦਾਸ ਜੀ ਦਾ ਹੀ ਹੋ ਜਾਂਦਾ ਹੈ। ਅਤੇ ਇਸ ਕਰਕੇ ਸੰਗਤਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਦੀਨ ਦਿਆਲ ਸਤਿਗੁਰੂ ਪੰਜਵੇਂ ਗੁਰਦੇਵ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਪਹਿਲਾਂ ਤਾਂ ਦਾਸ ਵੱਲੋਂ, ਸਤਿਕਾਰਯੋਗ ਬਾਬਾ ਜੀ ਬਾਬਾ ਗੁਰਮੇਲ ਸਿੰਘ ਜੀ ਵੱਲੋਂ, ਮਾਤਾ ਜੀ ਵੱਲੋਂ, ਸੁਖਾ ਸਿੰਘ ਜੀ ਵੱਲੋਂ, ਸਮੂਹ ਗੁਰੂ ਨਾਨਕ ਨਾਮ ਸੇਵਾ ਸਿੱਖ ਸੰਗਤਾਂ ਨੂੰ ਪੰਜਵੇਂ ਗੁਰਦੇਵ ਮਹਾਰਾਜ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਹੈ ਅਤੇ ਤਾਂ ਜੋ ਅਸੀਂ ਇਸ ਨਗਰੀ ਪਵਿੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਨਗਰੀ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਸਹਿ ਸੁਭਾਅ ਹੀ ਦਰਸ਼ਨ ਕਰਨ ਦਾ ਸੁਭਾਗ ਸਮਾਂ ਮਿਲਿਆ ਅਤੇ ਆ ਕਰਕੇ ਵੇਖਿਆ ਅਤੇ ਪੰਜਵੇਂ ਗੁਰਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਦੀਪਮਾਲਾ ਹੋਈ, ਉਪਰੰਤ ਆਤਿਸ਼ ਦੀਵਾਲੀ ਹੋਈ, ਜੋ ਕਿ ਹਰੇਕ ਗੁਰੂ ਕੀ ਸੰਗਤ ਨੇ ਇਸ ਸ਼ੁੱਭ ਦਿਹਾੜੀ ਦੀਆਂ ਸ਼ੁੱਭ ਕਾਮਨਾਵਾਂ ਪਰਮੇਸ਼ੁਰ ਅਕਾਲ ਪੁਰਖ ਦੇ ਪਾਸੋਂ ਮੰਗੀਆਂ ਨੇ। ਔਰ ਇਹੀ ਅਰਦਾਸ ਬੇਨਤੀ ਅਸੀਂ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਬਾਬਾ ਦ੍ਰਿਸ਼ ਲੱਗਾ ਇੱਥੇ, ਇੱਥੇ ਦਾ ਦ੍ਰਿਸ਼ ਅੱਜ ਬਹੁਤ ਹੀ ਸੋਹਣੀਕ ਦ੍ਰਿਸ਼ ਹੈ ਔਰ ਹਰੇਕ ਕੋਈ ਚਾਹੁੰਦਾ ਹੈ ਕਿ ਇਸ ਤਰ੍ਹਾਂ ਦਾ ਦ੍ਰਿਸ਼ ਅਸੀਂ ਦੇਖ ਸਕੀਏ, ਪਰ ਕੋਈ ਲਾਈਵ ਇੱਥੇ ਆ ਕਰਕੇ ਦੇਖਦਾ ਅਤੇ ਕੋਈ ਟੀ ਵੀ ਦੇ ਵਿੱਚ ਘਰ ਬੈਠ ਕਰਕੇ ਦੇਖਦਾ। ਪਰ ਚਲੋ ਫਿਰ ਵੀ ਜਿੱਦਾਂ ਦਾ ਵੀ ਦੇਖਿਆ ਬਹੁਤ ਸੋਹਣਾ ਲੱਗਿਆ, ਮਹਾਰਾਜ ਦੀ ਅਪਾਰ ਕਿਰਪਾ ਹੋਈ। ਇਤਨੇ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।